ਤਾਂ ਸੱਸੀ ਤੇ ਪੁੰਨੂ ਜੁਦਾ ਕਿ ਪਿੱਛੇ ਤੁਸੀਂ ਇੱਕ ਹਿੱਸਾ ਸੁਣ ਚੁੱਕੇ ਹੋ ਤੇ ਅੱਗੋਂ ਚੰਦ ਸ਼ੇਰ ਫਿਰ ਸੁਣਾਉਣ ਲੱਗਿਆ ਕਿ ਪਿੱਛੇ ਤੁਸੀਂ ਸੁਣਿਆ ਟਿੱਬੇ ਉਹ ਡਗਬਾਰ ਸਮਾਨ ਚੜਿਆ ਰੁੱਖਾਂ ਨਾਲ ਵਜੇ ਠਾ ਠਾ ਸੱਸੀ ਤੇ ਇਹਦੇ ਤੋਂ ਅੱਗੇ ਸੁਣਾਉਣ ਲੱਗਿਆ
ਹਾਲੋਂ ਬੇਹਾਲ ਏ ਪੈਰਾਂ ਤੋਂ ਨੰਗੀ ਤੇ ਅੱਗੇ ਵੇਖਿਆ ਕਿ ਸਪੈਦੇ ਫੜੇ ਜਿਹੜੇ ਬੈਠੇ ਨੇ ਜਿਹੜੇ ਸੱਪਾਂ ਦਾ ਮੰਤਰ ਜਾਣਦੇ ਸਨ ਤੇ ਉਹਨਾਂ ਦੇ ਕੋਲ ਬਹਿ ਕੇ ਸੱਸੀ ਕੀ ਆਖਦੀ ਏ ਬਲੋਚ ਪਿੱਛੇ ਰੁੱਲ ਗਈ ਤੇ ਆਂਦੇ ਨੇ